ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣ ਰਹੇ ਹੋ ਜੀ ਤੁਸੀਂ ਰੇਡੀਓ ਗੱਲ ਪੰਜਾਬ ਦੀ USA ਯੋਗੇਸ਼ ਗੁਰਨਾ ਤੁਹਾਡੇ ਨਾਲ ਹੈ ਜੀ, ਅਤੇ ਮਿੱਠੂ ਮਸ਼ਕਰੀਆਂ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ। ਮਿੱਠੂ ਮਸ਼ਕਰੀਆਂ ਨੂੰ ਇੰਨਾ ਪਿਆਰ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਸੋ ਫਿਰ ਮਿੱਠੂ ਤਿਆਰ ਹਾਂ ਫਿਰ ਅੱਜ? ਲੈ ਮੈਂ ਤਾਂ ਕਾਪੀ 'ਤੇ ਨੋਟ ਕਰੀ ਬੈਠਾ ਕਾਪੀ 'ਤੇ ਵੀ ਕਿਹੜੀ ਘੁੱਗੀ ਕਿਵੇਂ ਘੈਂ ਕਰਨੀ ਆ। ਹਾਂ ਅੱਛਾ ਮਿੱਠੂ, ਸਭ ਤੋਂ ਪਹਿਲਾਂ ਤਾਂ ਫਿਰ ਮੈਨੂੰ ਐਂ ਦੱਸ ਵੀ ਅੱਜ ਮੈਂ ਨਾ ਅਖਬਾਰ ਦੇ ਵਿੱਚ ਇੱਕ ਖਬਰ ਪੜ੍ਹ ਰਿਹਾ ਸੀ। ਹਾਂ ਫੇਰ? ਮਤਲਬ ਅਖਬਾਰ ਦੇ ਵਿੱਚ ਜਦ ਮੈਂ ਖਬਰ ਪੜ੍ਹੀ ਮੈਂ ਦੇਖਿਆ, ਕਹਿੰਦੇ ਜਿਹੜਾ ਮੱਛਰ ਆ ਨਾ ਮੱਛਰ। ਹਾਂ ਮੱਛਰ ਫੇਰ? ਮਤਲਬ ਕਹਿੰਦੇ ਜਿਹੜਾ ਮੱਛਰ ਭੀ 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 ਨਹੀਂ ਕਰਦਾ ਹੁੰਦਾ। ਓਏ ਆਹੋ ਕਰਦਾ ਹੁੰਦਾ ਫੇਰ। ਮਤਲਬ ਕਹਿੰਦੇ ਵੀ ਉਹ ਜਿਹੜਾ ਮੇਲ ਮੱਛਰ ਹੁੰਦਾ ਉਹ ਨਹੀਂ ਕਰਦਾ ਹੁੰਦਾ, ਕਹਿੰਦੇ ਵੀ ਜਿਹੜਾ ਫੀਮੇਲ ਮੱਛਰ ਹੁੰਦਾ ਉਹ ਕਰਦਾ ਹੁੰਦਾ। ਵੀ ਮਤਲਬ ਰੌਲਾ ਪਾਉਣੇ ਵਾਲਾ ਮੱਛਰ ਜਨਾਨੀ ਹੁੰਦੀ ਆ, ਵੀ ਰੌਲਾ ਪਾਉਣੇ ਵਾਲਾ ਮੱਛਰ ਫੀਮੇਲ ਹੁੰਦਾ, ਜਿਹੜਾ ਮੇਲ ਮੱਛਰ ਹੁੰਦਾ ਉਹ ਤਾਂ ਸਾਇਲੈਂਟ ਏ ਹੁੰਦਾ। ਜਨਾਨੀਆਂ ਨੂੰ ਚੁੱਪ ਕਰਾਉਣਾ ਕਿਤੇ ਸੌਖਾ ਯਾਰ। ਤਾਂ ਕਰਕੇ ਵੀਰੇ ਇਹ ਬੰਦਿਆਂ ਦੀ ਜਾਤ ਹੋਵੇ, ਜਾਨਵਰਾਂ ਦੀ ਜਾਤ ਹੋਵੇ, ਚਾਹੇ ਮੱਛਰਾਂ ਦੀ ਜਾਤ ਹੋਵੇ, ਜਨਾਨੀ ਮੂਹਰੇ ਕਿਸੇ ਦੀ ਨੀ ਚੱਲਦੀ। ਬਸ ਕਰ, ਤੂੰ ਜ਼ਿਆਦਾ ਹੀ ਖੁਸ਼ ਹੋ ਗਿਆ। ਮਤਲਬ ਸੱਚ ਸੁਣਾਇਆ, ਇਹ ਕਿਹੜਾ ਝੂਠ ਹੈ। ਇਹ ਗੱਲ ਤਾਂ ਹੈ ਵੀ ਮਿੱਠੂ, ਇਹ ਗੱਲ ਤਾਂ ਹੈ ਵੀਰੇ। ਮਤਲਬ ਜਨਾਨੀਆਂ ਨੂੰ ਚੁੱਪ ਕਰਾਉਣਾ ਤਾਂ ਬੜਾ ਹੀ ਔਖਾ ਕੰਮ ਹੈ ਯਾਰ। ਮਤਲਬ ਜਿੱਥੇ ਬੋਲਣ ਲੱਗ ਜਾਣ ਉੱਥੇ ਤਾਂ ਬਸ ਰੱਬ ਹੀ ਰੱਖਾ। ਤਾਂ ਹੀ ਤਾਂ ਮੈਂ ਵਿਆਹ ਨਹੀਂ ਕਰਾਇਆ। ਕਦੇ ਕਦੇ ਤਾਂ ਮੈਂ ਕਹਿਣਾ ਹੁੰਦਾ ਵੀ ਰੱਬਾ ਬੜਾ ਹੀ ਸੁਖੀ ਆ। ਮਤਲਬ ਵਿਆਹੇ ਬਰਿਆਂ ਦੇ ਜਦ ਮੈਂ ਹਾਲ ਦੇਖਦਾ, ਦੋ ਦੋ ਜਵਾਕ ਕਨੇਡੇ ਚੱਕੇ ਫਿਰਦੇ ਹੁੰਦੇ ਨੇ, ਸੱਜੇ ਟਿਫਨ ਹੁੰਦਾ, ਖੱਬੇ ਬੈਗ ਹੁੰਦਾ, ਆ ਦੂਰੋਂ ਦੇਖਣ ਤੋਂ ਐਂ ਲੱਗਦਾ ਜਿਵੇਂ ਬਿਜਲੀ ਵਾਲੇ ਖੰਭੇ ਤੇ ਬਾਂਦਰ ਚੜਿਆ ਹੁੰਦਾ। ਬਸ ਕਰ, ਤੂੰ ਬਸ ਕਰ, ਹੋਰੇ ਕੁਛ ਛੱਡੀ ਜਾਂਦਾ ਅੱਜ। ਮਤਲਬ ਇਹ ਤਾਂ ਤੈਨੂੰ ਮੈਂ ਦੱਸਿਆ ਇਹ ਸੱਚਾਈ ਆ ਵੀਰੇ। ਹੁਣ ਤਾਂ ਮੈਂ ਕਈ ਵਾਰ ਸੋਚਣਾ ਵਧੀਆ ਵਿਆਹ ਨਹੀਂ ਹੋਇਆ, ਨਹੀਂ ਮੈਂ ਵੀ ਜਵਾਕਾਂ ਦੇ ਟਿਫਨ ਪੈਕ ਕਰਦਾ ਰਹਿ ਜਾਂਦਾ। ਸੁਣਾ ਫਿਰ ਹੁਣ ਕੋਈ ਮੈਨੂੰ ਦੱਸ ਵੀ ਤੂੰ ਕੀ ਚੱਲ ਰਿਹਾ, ਤੂੰ ਅਖਬਾਰ ਖਬੂਰ ਸਵੇਰ ਦਾ ਪੜ੍ਹਦਾ ਹੈ, ਕੋਈ ਨਵੀਂ ਤਾਜ਼ੀ ਪੰਜਾਬ ਤੋਂ ਆਈ ਕਿ ਨਹੀਂ? ਨਵੀਂ ਤਾਜ਼ੀ ਤਾਂ ਪੰਜਾਬ ਤੋਂ ਫਿਲਹਾਲ ਇਹੀ ਆਈ ਹੈ ਵੀ ਅਕਾਲੀਆਂ ਦਾ ਟਾਈਮ ਥੋੜਾ ਜਿਹਾ ਮਾੜਾ ਚੱਲਦਾ। ਮਤਲਬ ਜਿੱਥੇ ਵੀ ਜਾਂਦੇ ਨੇ ਅੱਜ ਕੱਲ ਉਹਨਾਂ ਤੇ ਤਵਾ ਹੀ ਲੱਗ ਰਿਹਾ ਵੀਰੇ। ਨਾ ਕਿਵੇਂ ਬਈ, ਮੈਂ ਤੇਰੀ ਗੱਲ ਨਹੀਂ ਸਮਝਿਆ। ਮਤਲਬ ਗੱਲ ਇਦਾਂ ਵੀ ਕੱਲ ਮੈਂ ਨਾ ਟੀਵੀ ਦੇਖਦਾ ਸੀ ਆਪਣੇ ਉਰੇ, ਆਪਣੇ ਜਿਹੜੇ ਪੰਜਾਬੀ ਚੈਨਲ ਅਮਰੀਕਾ ਚ ਆਉਂਦੇ ਨੇ। ਅੱਛਾ ਫੇਰ? ਮਤਲਬ ਗੱਲ ਐਂ ਵੀ ਮੈਂ ਉੱਥੇ ਪਹਿਲਾਂ ਤਾਂ ਕਹਿੰਦੇ ਵੀ ਡੇਢ ਦੋ ਮਹੀਨੇ ਤੋਂ ਉੱਥੇ ਅਕਾਲੀ ਦਲ ਦਾ ਬੁਲਾਰਾ ਆਉਂਦਾ ਹੀ ਨਹੀਂ ਕੋਈ, ਮਤਲਬ ਜਵਾਬ ਦੇਣ ਨੂੰ ਤਾਂ ਕੋਈ ਹੈ ਹੀ ਨਹੀਂ ਵਿਚਾਰਿਆਂ ਕੋਲ। ਹੁਣ ਕਹਿੰਦੇ ਕੱਲ ਪਰਸੋਂ ਆ ਗਿਆ ਤੇ ਸਿੱਧੂ ਤੇ ਤਵੇ ਜੇ ਲਾਈ ਜਾਵੇ, ਕਹੀ ਜਾਵੇ ਸਿੱਧੂ ਨੇ ਐਂ ਕਰਤਾ, ਇਹ ਤਾਂ ਸੈਂਟਰ ਗਵਰਨਮੈਂਟ ਨੇ ਕਰਾਇਆ, ਸਿੱਧੂ ਨੂੰ ਕੋਈ ਕ੍ਰੈਡਿਟ ਨਹੀਂ ਮਿਲਣਾ ਚਾਹੀਦਾ, ਸਿੱਧੂ ਤਾਂ ਆਪਣੀ ਗੇਮ ਖੇਡ ਕੇ ਆਇਆ ਪਾਕਿਸਤਾਨ 'ਚ, ਜੇ ਵੀ ਉਹੀ ਕਰੀ ਜਾਵੇ। ਮਤਲਬ ਇੱਥੇ ਫਿਰ ਆਮ ਆਦਮੀ ਪਾਰਟੀ ਦਾ ਇੱਕ ਬੰਦਾ ਬੈਠਾ ਸੀ, ਉਹਨੇ ਪਟੰਡਰ ਨੇ ਗੇੜ 'ਚ ਲੈ ਲਿਆ। ਫਿਰ ਨਾ ਕਿਵੇਂ ਗੇੜ 'ਚ ਲੈ ਲਿਆ ਬਾਈ? ਆਮ ਆਦਮੀ ਪਾਰਟੀ ਵਾਲਾ ਕਹਿੰਦਾ ਮੈਨੂੰ ਗੱਲ ਦੱਸੋ ਬਾਈ ਜੀ, ਜਦੋਂ ਤੁਹਾਡਾ ਬਾਦਲ ਗਿਆ ਸੀ ਪਾਕਿਸਤਾਨ, ਉਹ ਪਾਕਿਸਤਾਨ ਤੋਂ ਕੀ ਲੈ ਕੇ ਆਇਆ ਸੀ? ਨਾ ਕੀ ਲਿਆਇਆ ਸੀ ਮਿੱਠੂ? ਉਹ ਭੇਡੂ ਲੈ ਕੇ ਆਇਆ ਸੀ, ਭੇਡੂ ਉੱਥੋਂ ਦੇ ਮੁੱਖ ਮੰਤਰੀ ਨੇ ਗਿਫਟ 'ਚ ਦਿੱਤੇ ਸੀ, ਸ਼ਰਮ ਨਹੀਂ ਆਈ ਇਹਨਾਂ ਨੂੰ ਹੈ? ਫੇਰ ਆਪਣੇ ਆ ਦੂਜਾ ਮੁੰਡਾ ਗਿਆ ਸੀ ਬਾਦਲ ਸਾਹਿਬ ਛੋਟੇ, ਉਹ ਖਾ ਕੇ ਆਏ ਸੀ ਗੋਲ ਗੱਪੇ ਗਲੀਆਂ 'ਚ। ਅਕਾਲੀ ਦਲ ਦੀ ਪਾਰਟੀ ਹੋਣ ਦੇ ਨਾਤੇ ਇਹਨਾਂ ਨੂੰ ਚਾਹੀਦਾ ਸੀ ਲਾਂਘਾ ਲੈ ਕੇ ਆਉਣਾ, ਨਾਲੇ ਉਹਨਾਂ ਦੇ ਮੁੱਖ ਮੰਤਰੀਆਂ ਨਾਲ ਇਹਨਾਂ ਦੀਆਂ ਆੜੀਆਂ ਤੀ ਹੈ। ਹੁਣ ਪਤੰਦਰ ਸਿੱਧੂ ਨੂੰ ਕੋਸੀ ਜਾਂਦੇ ਨੇ ਵੀ ਜਿਹੜਾ ਕੰਮ ਤੁਹਾਡੇ ਕਰਨ ਵਾਲੇ ਦੀ ਅਗਲਾ ਕਰਕੇ ਆਇਆ ਹੈ, ਉਹ ਵਿਚਾਰਾ ਲਾਂਘਾ ਲਿਆਇਆ ਤੇ ਤੁਸੀਂ ਭੇਡੂ ਲੈ ਕੇ ਆਏ ਦੀ। ਪਤੰਦਰਾ ਫਰਕ ਤਾਂ ਦੇਖੋ, ਲੈਵਲ ਤਾਂ ਦੇਖੋ ਤੁਸੀਂ। ਸਹੀ ਗੱਲ ਹੈ, ਸਹੀ ਗੱਲ ਆ, ਖਬਰ ਤਾਂ ਮੈਂ ਵੀ ਸੁਣੀ ਸੀ। ਬਸ ਉਹੀ ਗੱਲ ਆ ਵੀ ਇਹਨਾਂ ਪਟੰਡਰਾਂ ਨੂੰ ਹੁਣ ਅਕਲ ਕੌਣ ਦੇਵੇ, ਕੌਣ ਸਮਝਾਵੇ? ਹੈ ਮੇਰਾ ਤਾਂ ਯਾਰ ਫੇਰ ਬਲੱਡ ਵੱਜ ਜਾਂਦਾ। ਮੈਂ ਤਾਂ ਹੁਣ ਨੰਨੀ ਸ਼ਾਹ ਦੀ ਗੱਲ ਕਰਦਾ ਵੀ ਨੰਨੀ ਸ਼ਾਹ ਨੇ ਕਹਿੰਦੇ ਵੀ ਉੱਥੇ ਆਪਣੇ ਗੁਰਬਾਣੀ ਦੀਆਂ ਹਰਸਿਮਰਤ ਕੌਰ ਬਾਦਲ ਨੇ ਗਲਤ ਤੁਕਾਂ ਬੋਲਤੀਆਂ ਭਾਈ। ਮਤਲਬ ਦੇਖ ਲਓ, ਅਕਾਲੀ ਦਲ ਹੈ ਸਿੱਖਾਂ ਦੀ ਸਿਰਮੌਰ ਪਾਰਟੀ ਇਹ ਕਹਿੰਦੇ ਨੇ, ਪਰ ਗੁਰਬਾਣੀ ਦੀ ਆਪ ਨੂੰ ਗਿਆਨ ਨਹੀਂ ਹੈਗਾ, ਲੋਕਾਂ ਨੂੰ ਸਿਖਾਉਂਦੇ ਫਿਰਦੇ ਨੇ। ਮਤਲਬ ਹੁਣ ਮਾਫੀ ਮੰਗੀ ਆ ਕਹਿੰਦੇ, ਨਾਲੇ ਸੰਤ ਸਮਾਜ ਨੇ ਵੀ ਇਹਦਾ ਬਾਈਕਾਟ ਕਰਤਾ ਭਾਈ। ਕਹਿੰਦੇ ਵੀ ਉੱਥੇ ਆਪਣੇ ਕੀ ਕਹਿੰਦੇ ਹੁੰਦੇ ਆ ਵੀ ਆਪਣੇ ਰਾਜਨੀਤੀ ਦੀਆਂ ਗੱਲਾਂ ਕਰੀ ਗਈ ਹੈ ਵੀ ਉੱਥੇ ਧਾਰਮਿਕ ਸਟੇਜ ਤੀ, ਨਾਲੇ ਗਲਤ ਲਾਈਨਾਂ ਬੋਲਤੀਆਂ ਗੁਰਬਾਣੀ ਦੀਆਂ। ਲੈ ਦੱਸ, ਲੋਕਾਂ ਨੂੰ ਗੁਰਬਾਣੀ ਸਿਖਾਉਂਦੇ ਫਿਰਦੇ ਨੇ, ਆਪ ਗੁਰਬਾਣੀ ਕਦੇ ਪੜ੍ਹੀ ਨਹੀਂ, ਇੱਥੋਂ ਪਤਾ ਲੱਗਦਾ ਉਹ ਲੋਕ ਸਮਝ ਜੋ ਹਜੇ ਵੀ ਉਹ ਨਾ ਇਹਨਾਂ ਲੀਡਰਾਂ ਦੇ ਮਗਰ ਲੱਗੋ ਏ, ਉਹ ਏਦਾਂ ਲੁੱਟ ਕੇ ਖਾ ਗਏ ਤੁਹਾਨੂੰ, ਉਹ ਆਪ ਇਹਨਾਂ ਨੂੰ ਇਲੇ ਤੇ ਕੁੱਕੜ ਨਹੀਂ ਆਉਂਦਾ ਤੇ ਤੁਹਾਨੂੰ ਗਿਆਨ ਵੰਡਦੇ ਫਿਰਦੇ ਨੇ। ਵਾਹਿਗੁਰੂ ਵਾਹਿਗੁਰੂ, ਬਾਲਾ ਮਾੜਾ ਟਾਈਮ ਆ ਗਿਆ ਭਾਈ। ਓਏ ਹੋਏ 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 ਹੋਏ, ਉਹ ਇੰਨਾ ਮਾੜਾ ਟਾਈਮ ਯਾਰ, ਮੈਂ ਤਾਂ ਕਦੇ ਸੋਚਿਆ ਹੀ ਨਹੀਂ ਟੀਲਾ ਹੈ ਵੀ ਇਹਨਾਂ ਨੂੰ ਆਪ ਕੁੱਕੜ ਨਹੀਂ ਆਉਂਦਾ। ਦੱਸ, ਸਾਨੂੰ ਗਿਆਨ ਦਿੰਦੇ ਫਿਰਦੇ ਨੇ, ਅਸੀਂ ਅਕਾਲੀ ਦਲ ਐਂ ਕੱਢਾਂਗੇ, ਫਲਾਣਾ ਕੱਢਾਂਗੇ, ਉਹ ਤੁਹਾਨੂੰ ਅਜੇ ਤੱਕ ਗੁਰਬਾਣੀ ਤਾਂ ਪੜ੍ਹਨ ਹੀ ਨਹੀਂ ਆਈ। ਦੱਸ, ਇਹ ਤਾਂ ਗੱਲ ਹੈ ਮਿੱਠੂ, ਮਤਲਬ ਹੁਣ ਲੋਕਾਂ ਨੂੰ ਥੋੜੀ ਥੋੜੀ ਸਮਝ ਆ ਰਹੀ ਆ। ਖੈਰ ਚਲੋ, ਆਪਣੇ ਦੇਖਦੇ ਆ ਵੀ ਲੋਕ ਐਤਕੀ ਸਬਕ ਸਿਖਾਉਣਗੇ, ਪਹਿਲਾਂ ਵੀ ਸਿਖਾਇਆ ਏ ਤੇ ਹੋਰ ਵੀ ਸਿਖਾਉਣਾ ਚਾਹੀਦਾ ਕਿਉਂਕਿ ਇੰਨਾ ਕੁ ਸਬਕ ਇਹ ਡਿਜ਼ਰਵ ਕਰਦੇ ਨੇ। ਗੁਰਬਾਣੀ ਦੀਆਂ ਤੁਕਾਂ ਗਲਤ ਬੋਲਣੀਆਂ, ਉਹ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਘਰ ਵਾਲੀ ਗਲਤ ਲਾਈਨਾਂ ਬੋਲ ਰਹੀ ਆ, ਇਹ ਤਾਂ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ।
ਗੱਲ ਹੈ ਬਾਈ। ਸੋ ਖੈਰ ਦੇਖਦੇ ਹਾਂ ਹੁਣ ਜਨਤਾ ਕੀ ਰਿਜ਼ਲਟ ਦਿੰਦੀ ਹੈ। ਖੈਰ ਮਾਫੀ ਤਾਂ ਬੀਬੀ ਨੇ ਮੰਗ ਲਈ ਹੈ, ਪਰ ਇੱਕ ਪੱਖ ਤੋਂ ਇਹ ਗੱਲ ਵੀ ਕਲੀਅਰ ਹੋ ਗਈ ਹੈ ਵੀ ਇਹਨਾਂ ਨੂੰ ਗਿਆਨ ਗਿਉਨ ਕੋਈ ਨਹੀਂ ਹੈਗਾ, ਇਹ ਸਿਰਫ ਵੋਟਾਂ ਦੇ ਲਈ ਗੱਲਾਂ ਮਾਰਦੇ ਨੇ ਤੇ ਵਿਚਾਰੀ ਆਮ ਜਨਤਾ ਨੂੰ ਬੇਵਕੂਫ ਬਣਾਉਂਦੇ ਨੇ। ਮਿੱਠੂ ਮਸ਼ਕਰੀਆਂ ਜਾਰੀ ਨੇ ਮਿੱਠੂ। ਓ ਹਾਂ ਕੀ ਹੋ ਗਿਆ? ਉਹ ਅਖਬਾਰ ਦੇ ਵਿੱਚੇ ਵੜ ਜਾਣਾ, ਬਾਹਰ ਵੀ ਨਿਕਲਿਆ ਕਰ। ਓ ਯਾਰ ਖਬਰੇ ਬਹੁਤ ਖਤਰਨਾਕ ਲੱਗੀ ਹੋਈ ਹੈ। ਲੈ ਨਾ ਕਿਹੜੀ ਲੱਗੀ ਹੋਈ ਹੈ? ਉਹ ਕਹਿੰਦੇ ਲੁਧਿਆਣੇ ਦੇ ਵਿੱਚ ਪਤੀ ਪਤਨੀ ਫੜ ਲਏ 52 ਕਰੋੜ ਦੀ ਹੀਰੋਇਨ ਸਣੇ। ਉਹ ਹੀਰੋਇਨ ਨਹੀਂ ਹੁੰਦੀ, ਹੈਰੋਇਨ ਹੁੰਦੀ ਹੈ। ਓ ਚੱਲ ਜੋ ਵੀ ਹੁੰਦੀ ਆ ਫੜੇ ਤਾਂ ਗਏ 52 ਕਰੋੜ ਦੀ। ਓਏ ਆਹੋ ਮੈਂ ਹੈਰਾਨ ਆ ਵੀ ਬੰਦੇ ਤਾਂ ਬੰਦੇ ਆ, ਬੀਬੀਆਂ ਵੀ ਘੱਟ ਨੀ ਹੈ। ਕਹਿੰਦੇ ਦੋਏ ਲੁਧਿਆਣੇ ਦੇ ਵਿੱਚ ਸਪਲਾਈ ਕਰਨ ਆ ਰਹੇ ਸੀ। ਵਾਹਿਗੁਰੂ ਵਾਹਿਗੁਰੂ। ਏ ਤਾਂ ਵੀਰੇ ਮਤਲਬ 5-4 ਕਿੱਲੋ ਹੈਰੋਇਨ ਵੇਚ ਕੇ ਆ ਜੋ ਵੀ ਹੀਰੋਇਨ ਇਹੀ ਵੇਚ ਕੇ ਤਾਂ ਕਰੋੜਪਤੀ ਤੀ ਵੀਰੇ 52 ਕਰੋੜ ਦੀ। ਉਹ ਤੁਹਾਡਾ ਭਲਾ ਹੋ ਜੇ, ਇੱਥੇ ਮਹੀਨੇ ਬਾਅਦ ਤਨਖਾਹ ਹੀ ਤੇ ਚਾਉ ਚੜ ਜਾਂਦਾ ਵੀ ਆ ਗਿਆ 25-30 ਹਜ਼ਾਰ। ਮਤਲਬ ਵੀਰੇ ਇੱਥੇ ਤਾਂ 52 ਕਰੋੜ ਦੀ ਹੀਰੋਇਨ ਇਕੱਲੀ ਗੱਡੀ ਚ ਰੱਖੀ ਆਉਂਦੇ ਸੀ। ਉਹ ਹੀਰੋਇਨ ਨੀ ਹੈਰੋਇਨ। ਉਹ ਚੱਲ ਜਿਹੜਾ ਕੁਛ ਮਰਜ਼ੀ ਆ ਯਾਰ, ਹੈ ਤਾਂ ਮਾੜੀ ਚੀਜ਼ ਆ, ਨਸ਼ਾ ਤਾਂ ਨਸ਼ਾ ਹੀ ਆ। ਮੈਂ ਕਹਿੰਦਾ ਵੀ ਮੈਂ ਤਾਂ ਕਹਿੰਦਾ ਹੁਣ ਇਹਦੇ ਪਟੇ ਫਿਰਨਾ। ਹਾਏ 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 ਬਹੁਤ ਕਟਾਪਾ। ਇਹਨਾਂ ਨੇ ਤਾਂ ਪੰਜਾਬ ਦਾ ਮਾਹੌਲ ਖਰਾਬ ਕਰਿਆ ਪਿਆ ਯਾਰ, ਪੰਜਾਬ ਦੇ ਮੁੰਡੇ ਵਿਗਾੜਤੇ ਹੈ। ਦੱਸ ਬਾਲਾ ਬੁਰਾ ਹਾਲ ਹੈ ਯਾਰ। ਰਹਿੰਦਾ ਖੁੰਡੇ ਮੈਂ ਬੀਬੀ ਤੇ ਹੈਰਾਨ ਆ। ਤੂੰ ਆਪਣੇ ਘਰ ਵਾਲੇ ਨੂੰ ਹਟਾਉਣਾ ਤਾਂ ਕੀ ਆ ਵੀ ਪੁੱਠੇ ਕੰਮ ਨੇ, ਤੂੰ ਉਹਨੂੰ ਕਹਿ ਵੀ ਮਿਹਨਤ ਦਾ ਕਮਾ ਹੈ, ਮਤਲਬ ਨਾਲ ਉਹ ਵੀ ਵੇਚਣ ਲੱਗ ਗਈ। ਹੁਣ ਬੀਬੀ ਦੇ ਛਪਾਟਣੇ ਕੋਲੋਂ ਬਾਹੋਂ ਚਾਟੇ ਪੈਣੇ ਨੇ ਵੀਰੇ। ਹੁਣ ਤਾਂ ਬੀਬੀ ਦਾ ਲੱਕ ਦਵੰਤੀ ਹੇਟ ਕਰਨਗੇ ਛਪਾਟਣਾ ਕੁੱਟ ਕੁੱਟ ਕੇ। ਮਤਲਬ 52 ਕਰੋੜ ਦੀ ਬਾਗਰੂ ਬਾਗਰੂ 20 ਸਾਲ ਤੋਂ ਪਹਿਲਾਂ ਤਾਂ ਨੀ ਆਉਂਦੇ। ਹਾਂ ਬਈ ਇਹ ਗੱਲ ਤਾਂ ਪੱਕੀ ਹੈ, 20-20 ਸਾਲੀ ਤਾਂ ਪੱਕੀ ਹੈ। ਜਿਹੜਾ ਕਟਾਪਾ ਹੋਊ ਉਹ ਅਲੱਗ ਹੋਊ। ਗਲਤ ਕੰਮ ਦਾ ਗਲਤ ਨਤੀਜਾ 52 ਕਰੋੜ ਦੀ ਹੈਰੋਇਨ ਮਾਇਨੇ ਰੱਖਦੀ ਹੈ ਯਾਰ। ਮਤਲਬ ਮੈਂ ਤਾਂ ਬਾਬੇ ਨੂੰ ਅਰਦਾਸ ਕਰਦਾ, ਬਾਬੇ ਪੰਜਾਬ ਵਿਚਾਲਾ, ਇਹ ਤਾਂ ਵੀਰੇ ਵੇਚਦਾ ਨਸ਼ੇ ਵਾਲਿਆਂ ਨੇ ਗਰਕ ਕਰਤਾ, ਬਹੁਤ ਬੁਰਾ ਹਾਲ ਕਰਤਾ ਵੀਰੇ ਸਾਡੇ ਪੰਜਾਬ ਦਾ। ਵਾਹਿਗੁਰੂ ਵਾਹਿਗੁਰੂ ਬਾਬਾ ਬਚਾਵੇ। ਚੱਲ ਇਹ ਤਾਂ ਹੁਣ ਰੱਬ ਹੀ ਰੱਖ ਹੈ ਵੀਰੇ ਪੰਜਾਬ ਦਾ, ਤਾਂ ਦੇਖਦੇ ਹਾਂ ਕੀ ਬਣਦਾ। ਮਿੱਠੂ ਆ ਖਬਰ ਪੜ੍ਹੀ ਆ ਤੈਂ? ਨਾ ਕਿਹੜੀ ਬਾਈ? ਆ ਵੀ ਪਾਕਿਸਤਾਨ ਦੇ ਰੇਲ ਮੰਤਰੀ ਨੇ ਐਲਾਨ ਕਰਿਆ, ਕਹਿੰਦੇ ਵੀ ਕਰਤਾਰਪੁਰ ਸਾਹਿਬ ਅਸੀਂ ਇੱਕ ਤਾਂ ਰੇਲਵੇ ਸਟੇਸ਼ਨ ਬਣਾਉਣਾ ਤੇ ਹੋਰ ਵੀ ਕਹਿੰਦੇ ਜਿੰਨੇ ਵੀ ਵੱਡੇ ਗੁਰੂ ਧਾਮ ਨੇ ਪਾਕਿਸਤਾਨ ਦੇ ਵਿੱਚ ਸਿੱਖਾਂ ਦੇ, ਕਹਿੰਦੇ ਉਹਨਾਂ ਦੇ ਨੇੜੇ ਅਸੀਂ ਵੱਡੇ 5-star ਹੋਟਲ ਬਣਾਵਾਂਗੇ ਤਾਂ ਜੋ ਕਹਿੰਦੇ ਵੀ ਆਪਣੇ ਆਮ ਜਨਤਾ ਨੂੰ ਸਿੱਖ ਸ਼ਰਧਾਲੂਆਂ ਨੂੰ ਰਹਿਣ ਦੇ ਵਿੱਚ ਸਹੂਲਤ ਹੋ ਸਕੇ। ਭਾਈ ਵਾਹ ਬਈ ਵਾਹ, ਮੈਂ ਪਾਕਿਸਤਾਨੀ ਤੇ ਹੈਰਾਨ ਆ ਵੀ ਊਂ ਤਾਂ ਇਹਨਾਂ ਨੇ ਸਾਰੀ ਉਮਰ ਸਿੱਧਾ ਕੰਮ ਕੋਈ ਕਰਿਆ ਨੀ, ਮਤਲਬ ਅੱਜ ਕੱਲ੍ਹ ਇਹ ਬੜੇ ਵਧੀਆ ਕੰਮ ਕਰ ਰਹੇ ਨੇ। ਮੈਨੂੰ ਲੱਗਦਾ ਇਮਰਾਨ ਖਾਨ ਦਾ ਅਸਰ ਸਾਰਿਆਂ 'ਤੇ ਹੋ ਗਿਆ ਹੈ ਨਾ। ਚਲੋ ਭਾਈ ਬਹੁਤ ਵਧੀਆ ਗੱਲ ਆ ਹੈ ਨਾ। ਮੈਂ ਤਾਂ ਕਹਿੰਦਾ ਵੀ ਬਾਬਾ ਜੀ ਇਹਨਾਂ ਨੂੰ ਹੋਰ ਪੈਸੇ ਦੇਣ ਤਾਂ ਜੋ ਸਿੱਖਾਂ ਵਾਸਤੇ ਵਿਚਾਰੇ ਵਧੀਆ ਚੀਜ਼ਾਂ ਬਣਾ ਸਕਣ। ਮਤਲਬ ਵੀ ਅੱਜ ਕੱਲ੍ਹ ਤਾਂ ਪਾਕਿਸਤਾਨ ਬਾਹਲੇ ਚੰਗੇ ਕੰਮ ਕਰ ਰਿਹਾ ਹੈ ਨਾ, ਸਰਕਾਰ ਚੰਗੀ ਆ ਗਈ ਖਾਨੀ ਤਾਂ। ਮਤਲਬ ਜੇ ਇੱਦਾਂ ਹੀ ਚੰਗੇ ਕੰਮ ਕਰਦੇ ਰਹਿਣ, ਹੋ ਸਕਦਾ ਭਾਈ ਬਹੁਤ ਚੀਜ਼ਾਂ ਦਾ ਸੁਧਾਰ ਹੋ ਜਾਵੇ ਹੈ ਨਾ। ਦੋ ਮੁਲਕ ਤਰੱਕੀ ਕਰਨਗੇ, ਨਾਲੇ ਇੰਡੀਆ ਨਾਲ ਪਿਆਰ ਵਧਾ ਕੇ ਪਾਕਿਸਤਾਨ ਦਾ ਹੀ ਫਾਇਦਾ। ਇੰਡੀਆ ਨੇ ਤਾਂ ਬਥੇਰੀ ਤਰੱਕੀ ਕਰੀ ਆ, ਹੁਣ ਜੇ ਵਪਾਰ ਵੱਧਜੂ ਦੋਵੇਂ ਮੁਲਕਾਂ 'ਚ ਵਧੀਆ ਗੱਲਬਾਤ ਹੋਜੂਗੀ, ਪਾਕਿਸਤਾਨ ਦਾ ਵੀ ਫਾਇਦਾ ਹੋਜੂ। ਨਾਲੇ ਆ ਸਾਡੇ ਵੀ 5-4 ਇੱਧਰ ਹੈਗੇ ਨੇ ਮੰਤਰੀ ਸੰਤਰੀ, ਪੁੱਠੇ ਜੇ ਬਿਆਨ ਦੇਈ ਜਾਂਦੇ ਨੇ ਵੀ ਪਤੰਦਰੋ ਤੁਸੀਂ ਪਾਕਿਸਤਾਨ ਨਾਲ ਹੁਣ ਬਣਾ ਕੇ ਰੱਖੋ, ਅਗਲਾ ਤੁਹਾਡੇ ਲਈ ਇੰਨਾ ਕੁਛ ਕਰ ਰਿਹਾ, ਤੁਸੀਂ ਵੀ ਅਗਲੇ ਲਈ ਮਾੜਾ ਮੋਟਾ ਕਰੋ ਹੈ ਨਾ, ਨੀਵੇਂ ਹੋ ਕੇ ਚੱਲੋ ਹੁਣ ਠੰਡੇ ਹੋ ਕੇ ਖਾਓ ਤਾਂ ਜੋ ਭਾਈਚਾਰਕ ਸਾਂਝ ਹੋਰ ਵੱਧ ਸਕੇ। ਤੇ ਮੈਂ ਤਾਂ ਕਹਿੰਦਾ ਜਿਉਂਦਾ ਬਾਦ ਰਹੇ ਭਾਈ ਰੱਬ ਪਤਾ ਆਪਣੇ ਕੀ ਆ, ਪਾਕਿਸਤਾਨ ਦੇ ਰੇਲ ਮੰਤਰੀ ਨੂੰ ਮੁੰਡਾ ਦੇਵੇ ਭਾਈ, 2 ਕੁੜੀਆਂ ਦੇਵੇ। ਮੈਂ ਤਾਂ ਕਹਿੰਦਾ ਦੁੱਧੇ ਨਾਵੇ ਪੁੱਤੇ ਫਲੇ, ਮਤਲਬ ਬਾਬਾ ਜੀ ਪੂਰੀ ਮਿਹਰ ਕਰਨ, ਇਹ ਤਾਂ ਬਾਈ ਨੇ ਬਹੁਤ ਵਧੀਆ ਗੱਲ ਕਰੀ ਆ। ਹਾਂ ਇਹੋ ਜਿਹੇ ਬੰਦੇ ਹੀ ਚਾਹੀਦੇ ਨੇ, ਤਾਂ ਹੀ 2 ਮੁਲਕਾਂ ਦਾ ਰਿਸ਼ਤਾ ਬਣਦਾ ਹੁੰਦਾ। ਉਹ ਬਸ ਕਰ ਤੂੰ ਤਾਂ ਗਾਹੀ ਲੰਘ ਗਿਆ। ਲੈ ਮੈਂ ਤਾਂ ਸੱਚੇ ਦਿਲੋਂ ਦੁਆ ਦਿੱਤੀ ਆ ਯਾਰ, ਹੁਣ ਜੇ ਕੋਈ ਵਧੀਆ ਬੰਦਾ ਕੰਮ ਕਰਦਾ ਉਹਨੂੰ ਦੁਆ ਦੇਣੀ ਤਾਂ ਬਣਦੀ ਆ। ਠੀਕ ਹੈ ਵੀਰੇ, ਦੁਆ ਦੇਣੀ ਬਣਦੀ ਆ, ਬਿਲਕੁਲ ਇਹ ਬਹੁਤ ਵਧੀਆ ਕੰਮ ਹੈ ਜੀ ਪਾਕਿਸਤਾਨ ਵੱਲੋਂ। ਪਾਕਿਸਤਾਨ ਇੱਕ ਪੋਜ਼ਿਟਿਵ ਸਟੈਪ ਲੈ ਰਹੇ ਆ, ਪਹਿਲਾਂ ਲਾਂਘਾ ਦੀ ਇਜਾਜ਼ਤ ਦੇ ਕੇ ਉਹਨਾਂ ਨੇ ਪੋਜ਼ਿਟਿਵ ਸਟੈਪ ਲਿਆਏ ਤੇ ਹੁਣ ਅੱਗੇ ਇਸ ਤਰ੍ਹਾਂ ਦੀਆਂ ਸਹੂਲਤਾਂ ਦਾ ਐਲਾਨ ਕਰਕੇ। ਸੋ ਥੈਂਕ ਯੂ ਵੈਰੀ ਮੱਚ, ਮੈਂ ਤਾਂ ਇਹੀ ਸ਼ੁਕਰੀਆ ਕਰੂੰਗਾ ਜੀ ਪਾਕਿਸਤਾਨ ਦਾ, ਬਹੁਤ ਵਧੀਆ ਉਹਨਾਂ ਨੇ ਇਹ ਉਪਰਾਲਾ ਕੀਤਾ ਤੇ ਸਿੱਖ ਸੰਗਤਾਂ ਵਾਸਤੇ ਵਾਕਈ ਖੁਸ਼ਖਬਰੀ ਆ। ਸੋ ਚੰਗੀ ਗੱਲ ਹੈ ਜੀ, ਤੇ ਪਾਕਿਸਤਾਨ ਦੇ ਵਿੱਚ ਜਿਹੜੇ ਸਿੱਖ ਰਹਿੰਦੇ ਨੇ ਉਹਨਾਂ ਦਾ ਵੀ ਇਹਦੇ ਨਾਲ ਜਿਹੜਾ ਸਟੈਂਡਰਡ ਆਫ ਲਿਵਿੰਗ ਆ ਉਹ ਵੀ ਉੱਚਾ ਚੱਕਿਆ ਜਾਊਗਾ ਤੇ ਉਹਨਾਂ ਨੂੰ ਵੀ ਪਾਕਿਸਤਾਨ ਦੇ ਵਿੱਚ ਥੋੜ੍ਹੀ ਜਿਹੀ ਖੁੱਲ੍ਹ ਮਿਲੂਗੀ ਅਤੇ ਉਹ ਵੀ ਆਜ਼ਾਦੀ ਨਾਲ ਆਪਣੀ ਜ਼ਿੰਦਗੀ ਜਿਉਂ ਸਕਣਗੇ। ਸੋ ਆਲ ਦਾ ਬੈਸਟ, ਗੁੱਡ ਲੱਕ ਹੈ ਜੀ। ਸੋ ਪਾਕਿਸਤਾਨ ਦੀ ਟੀਮ ਨੂੰ ਤੇ ਉਹਨਾਂ ਦੇ ਜਿਹੜੇ ਐਫਰਟਸ ਨੇ ਉਹ ਜਿਹੜੇ ਚੰਗੇ ਐਫਰਟਸ ਨੇ ਉਹ ਕਰਦੇ ਰਹਿਣ ਤਾਂ ਜੋ ਸਿੱਖਾਂ ਨੂੰ ਵੱਧ ਤੋਂ ਵੱਧ ਫਾਇਦਾ ਹੋ ਸਕੇ। ਹੁਣ ਕੋਈ ਚੱਜ ਦੀ ਖਬਰ ਸੁਣਾਈ ਮੈਨੂੰ, ਆਹ ਹੋ ਰਹੇ ਨਾ ਰੋਣੇ ਰੱਪੇ ਜੇ ਸੁਣਾਈ ਜਾ ਹੁਣ ਆ ਮੰਤਰੀਆਂ ਸੰਤਰੀਆਂ ਦੇ। ਉਹ ਮੈਂ ਤਾਂ ਚੰਗੀ ਖਬਰ ਪੜ੍ਹੀ, ਆਹ ਦੇਖ ਅਖਬਾਰ ਦਾ ਅਗਲਾ ਪੰਨਾ ਦੇਖ, ਕਹਿੰਦੇ ਕਪਿਲ ਸ਼ਰਮਾ ਦਾ ਵਿਆਹ ਹੋਣੇ ਵਾਲਾ ਯਾਰ 12 ਤਰੀਕ ਨੂੰ। ਓਏ ਆਹੋ ਆਹੋ, ਉਹ ਤਾਂ ਮੈਨੂੰ ਪਤਾ, ਮੈਨੂੰ ਵੀ ਬੁਲਾਇਆ ਉਹਨਾਂ ਨੇ। ਲੈ ਆਹ ਤਾਂ ਮੈਂ ਗੱਲ ਤੈਨੂੰ ਦੱਸਣੀ ਭੁੱਲ ਗਿਆ। ਓ ਜਾ ਓਏ ਜਾ, ਤੂੰ ਝੂਠ ਨਾ ਬੋਲ। ਓ ਲੈ ਮੈਨੂੰ ਤਾਂ ਕਾਰਡ ਆਇਆ ਕਪਿਲ ਸ਼ਰਮੇ ਦਾ ਯਾਰ, ਮੈਂ ਤਾਂ ਆਪਣੇ 8 ਦਸੰਬਰ ਦੀ ਟਿਕਟ ਬੁੱਕ ਕਰਾਈ ਵੀ ਆ ਕੈਲੀਫੋਰਨੀਆ ਤੋਂ ਦਿੱਲੀ ਦੀ, ਹੋਰ ਹੁਣ ਯਾਰ ਮੈਂ ਜਾਣਾ ਕਪਿਲ ਸ਼ਰਮੇ ਦੇ ਵਿਆਹ। ਅੱਛਾ ਜੀ, ਆਹੋ ਮਤਲਬ ਕਪਿਲ ਸ਼ਰਮਾ ਤਾਂ ਜਾਣਦਾ ਆਪਾਂ ਨੂੰ ਯਾਰ, ਮੈਂ ਬੰਬੇ ਕਈ ਵਾਰ ਗਿਆ ਉਹਦੇ ਸ਼ੋਅ 'ਚ। ਹਾਂ ਮੈਨੂੰ ਵੀ ਉਹਨੇ ਕਿਹਾ ਸੀ, ਕਹਿੰਦਾ ਵੀ ਆ
ਉਹ ਤਾਂ ਫਿਰ ਖਾਜਾ ਹਜੇ ਤਾਂ ਮੈਨੂੰ ਲੱਗਦਾ ਸੁੱਤਾ ਪਿਆ ਹੋਣਾ ਉਹ ਆਪਣੇ ਅਮਰੀਕਾ ਚ ਤਾਂ ਦਿਨ ਹੈ ਨਾ ਹੁਣ ਉੱਥੇ ਰਾਤ ਹੋਣੀ ਆ ਉਹ ਤੂੰ ਜਾਣਦੇ ਝੂਠ ਨਾ ਬੋਲਿਆ ਕਰ ਉਹ ਯਾਰ ਸਹੁੰ ਲੱਗੇ ਵੱਡੇ ਮਾਰੇ ਦਿਲ ਹੈ ਸਵੇਰੇ ਤੇਰੀ ਗੱਲ ਕਰਾਊਂਗਾ ਹੈ ਆਪਣੀ ਗੁੱਡੀ ਗਿੰਨੀ ਕਪੂਰ ਨਾਲ ਵਿਆਹ ਹੋਣਾ ਉਹਦੀ ਸਹੇਲੀ ਆ ਪੁਰਾਣੀ ਆਹੋ ਉਹਦੇ ਨਾਲ ਵਿਆਹ ਹੋਣਾ ਮੈਂ ਕਿਹਾ ਵੀ ਕਰਾ ਲਾ ਊ ਵੀ ਮੈਨੂੰ ਪੁੱਛਦਾ ਤੀ ਕਹਿੰਦਾ ਵਿਆਹ ਕਰਾ ਲਈਏ ਮੈਂ ਕਿਹਾ ਪਤੰਦਰਾ 37 ਸਾਲ ਦਾ ਹੋ ਗਿਆ ਹੋਰ ਹੁਣ ਦੱਸ ਐਕਸਪਾਇਰ ਹੋ ਕੇ ਵਿਆਹ ਕਰਾਉਣਾ ਫਿਰ ਮੇਰੀ ਗੱਲ ਮੰਨ ਗਿਆ ਹਾਂ ਇਹ ਤਾਂ ਕੋਈ ਵੱਡੀ ਗੱਲ ਨਹੀਂ ਆ ਜੇ ਤੂੰ ਕਹੇ ਤੈਨੂੰ ਲੈ ਚੱਲੂ ਨਾ ਨਾ ਮੈਂ ਨਹੀਂ ਬਿਨ ਬੁਲਾਇਆ ਜਾਂਦਾ ਮਤਲਬ ਮੈਨੂੰ ਕਾਰਡ ਆਇਆ ਮੈਂ ਕਹੂੰ ਕੋਈ ਨਹੀਂ ਮੁੰਡਾ ਮੈਂ ਕੰਮ 'ਚ ਰੱਖਿਆ ਹੋਇਆ ਨਾਲ ਕੰਮ ਕਰਦਾ ਤੂੰ ਲੱਡੂ ਇਹ ਖਾਣੇ ਨੇ ਖਾਈ ਉਹ ਤੂੰ ਜਾ ਓਏ ਜਾ ਮੈਂ ਤਾਂ ਇੱਥੇ ਠੀਕ ਹਾਂ ਲੈ ਪਰ ਵੀਰ ਆਪਣੀ ਪੱਕੀ ਵਾਲੀ ਹੈ ਕਪਲ ਸ਼ਰਮੇ ਨਾਲ ਹਾਂ ਵਿਆਹ 'ਤੇ ਨੱਚ ਟੱਪ ਕੇ ਆਵਾਂਗੇ ਭੰਗੜਾ ਪਾ ਕੇ ਆਵਾਂਗੇ ਪੰਜਾਬ ਘੁੰਮ ਕੇ ਆਵਾਂਗੇ ਨਾਲੇ ਵੀਰੇ ਗਏ ਪੰਜਾਬ ਦੀਆਂ ਨਵੀਆਂ ਜਾਣਕਾਰੀਆਂ ਇਕੱਠੀਆਂ ਕਰਕੇ ਲਿਆਵਾਂਗੇ ਸਾਲ ਹੋ ਗਿਆ ਮੈਂ ਵੀ ਗੇੜਾ ਨਹੀਂ ਮਾਰਿਆ ਪੰਜਾਬ ਉਹ ਚੱਲ ਠੀਕ ਆ ਯਾਰ ਠੀਕ ਆ ਹਾਂਜੀ ਦੋਸਤੋ ਇਹ ਗੱਲ ਵੈਸੇ ਪੱਕੀ ਹੈ ਜੀ 12 ਦਸੰਬਰ ਨੂੰ ਕਪਿਲ ਸ਼ਰਮਾ ਦਾ ਵਿਆਹ ਹੈ ਜੀ ਫੇਮਸ ਕਮੇਡੀਅਨ ਕਾਮੇਡੀ ਨਾਈਟਸ ਵਿਦ ਕਪਿਲ ਦੇ ਨਾਲ ਵਰਲਡ ਦੇ ਵਿੱਚ ਫੇਮਸ ਹੋਏ ਕਪਿਲ ਸ਼ਰਮਾ ਦਾ ਵਿਆਹ ਹੈ ਜੀ ਜਲੰਧਰ ਸ਼ਹਿਰ ਦੇ ਵਿੱਚ ਉਹਨਾਂ ਦੀ ਗਰਲਫ੍ਰੈਂਡ ਜੋ ਕਿ ਕਾਫੀ ਸਮੇਂ ਤੋਂ ਜੀ ਗਿੰਨੀ ਕਪੂਰ ਦੇ ਨਾਲ ਵਿਆਹ ਹੈ ਜੀ ਸੋ ਖੈਰ ਉਹਨਾਂ ਨੂੰ ਬਹੁਤ ਸਾਰੀਆਂ ਮੁਬਾਰਕਾਂ ਸਾਡੇ ਵੱਲੋਂ ਰੇਡੀਓ ਗੱਲ ਪੰਜਾਬ ਦੀ ਯੂਐਸਏ ਦੇ ਵੱਲੋਂ ਬਾਕੀ ਮਿੱਠੂ ਕਹਿੰਦਾ ਮੈਂ ਵਿਆਹ ਜਾਣਾ ਹੈ ਜੀ ਤੇ ਬਾਕੀ ਵਿਆਹ 'ਚ ਕੀ ਖਾਸ ਹੁੰਦਾ ਕੌਣ ਕੌਣ ਆਉਂਦਾ ਉਹ ਤਾਂ ਫਿਰ ਮਿੱਠੂ ਆਪਾਂ ਨੂੰ ਦੱਸ ਹੀ ਦਊ ਲੈ ਮੈਂ ਤੇ ਇਕੱਲੀ ਇਕੱਲੀ ਰਿਪੋਰਟ ਦੱਸੂ ਨਾਲੇ ਉੱਥੇ ਐਕਟਰ ਉਕਟਰ ਆਉਣਗੇ ਫੋਟੋਆਂ ਖਿੱਚ ਖਿੱਚ ਸੈਲਫੀਆਂ ਖਿੱਚ ਖਿੱਚ ਟੈਗ ਕਰੂੰ ਤੈਨੂੰ ਚੜਾਈ ਫੁੱਲਾ ਉਹ ਜਾ ਜਾ ਤੂੰ ਬਸ ਕਰ ਸੋ ਲਓ ਜੀ ਦੋਸਤੋ ਅੱਜ ਦੇ ਸ਼ੋਅ ਦੇ ਵਿੱਚ ਫਿਲਹਾਲ ਇੰਨਾ ਹੀ ਜੀ ਅਗਲੇ ਐਪੀਸੋਡ ਦੇ ਵਿੱਚ ਫੇਰ ਕੁਝ ਹੋਰ ਘੈਂਟ ਗੱਲਾਂ ਤੇ ਮਿੱਠੂ ਦੀਆਂ ਮਸ਼ਕਰੀਆਂ ਲੈ ਕੇ ਹਾਜ਼ਰ ਹੋਵਾਂਗੇ ਰੇਡੀਓ ਗੱਲ ਪੰਜਾਬ ਦੀ ਯੂਐਸਏ ਤੇ ਦਿਓ ਇਜਾਜ਼ਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਆ ਸਤਿ ਸ਼੍ਰੀ ਅਕਾਲ ਭਾਈ ਮੈਂ ਬਾਏ ਬਾਏ ਕਰ ਲਾ ਮੈਂ ਵੀ ਜਾਣਾ ਫਿਰ ਇੰਡੀਆ 8 ਤਰੀਕ ਦੀ ਟਿਕਟ ਆ ਉਹ ਬਗ ਜਾ ਤੂੰ ਆ ਸਤਿ ਸ਼੍ਰੀ ਅਕਾਲ